addressing social welfare and cultural society Punjab ਨੂੰ ਅੱਜ ਅਸੀਂ ਜੋ ਲੁਧਿਆਣੇ ਦੇ ਵਿੱਚ ਸ਼ਰਮਨਾਕ ਕਾਂਡ ਹੋਇਆ ਤੇ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਜੋ ਇੱਕ IAS UPS ਦੀ ਤਿਆਰੀ ਕਰਦੀ ਕੁੜੀ ਦੇ ਨਾਲ ਜੋ ਸ਼ਰਮਨਾਕ ਕਾਂਡ ਹੋਇਆ ਤੇ ਉਸ ਤੋਂ ਬਾਅਦ ਜੰਮੂ ਦੇ ਵਿੱਚ ਇੱਕ ਛੋਟੀ 7 ਸਾਲ ਦੀ ਕੁੜੀ ਦੇ ਨਾਲ ਜੋ ਕਾਂਡ ਹੋਇਆ ਉਹਦੇ ਸੰਬੰਧ ਦੇ ਵਿੱਚ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਜਿਸ ਤਰ੍ਹਾਂ ਅਰਬ ਕੰਟਰੀ ਦੇ ਵਿੱਚ ਜੋ ਕਾਨੂੰਨ ਬਣਿਓ ਆ ਵੀ ਜੇ ਕੋਈ ਚੋਰੀ ਕਰਦਾ ਆ ਤਾਂ ਉਹਦੇ ਹੱਥ ਫੜ ਦਿੱਤੇ ਜਾਂਦੇ ਆ ਸੋ ਉੱਥੇ ਕੋਈ ਵੀ ਚੋਰੀ ਕਰਨ ਦੀ ਹਿੰਮਤ ਨਹੀਂ ਕਰਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜਿਹੜੇ ਇਹ ਕੁੜੀਆਂ ਦੇ ਨਾਲ ਘਟਨਾ ਗਲਤ ਕਰਦੇ ਆ ਉਹਨਾਂ ਦੇ ਅਰਬ ਕੰਟਰੀ ਵਾਂਗਰ ਕਾਨੂੰਨ ਬਣਾਇਆ ਜਾਵੇ ਤਾਂ ਕਿ ਕੋਈ ਵੀ ਬੰਦਾ ਇਸ ਤਰ੍ਹਾਂ ਦਾ ਕੰਮ ਕਰਨ ਲੱਗਾ 100 ਵਾਰ ਸੋਚੇ ਕਿਉਂਕਿ ਪਿੱਛੇ ਜਿਹੇ ਅਸੀਂ ਇੱਕ ਲੁਧਿਆਣੇ ਦੇ ਵਿੱਚ ਇੱਕ ਹੈੱਡ ਕਾਂਸਟੇਬਲ ਮਹਿਲਾ ਨੂੰ ਪੁਲਿਸ ਅਧਿਕਾਰੀ ਵੱਲੋਂ ਉਸਦੇ ਹੀ ਪੁਲਿਸ ਅਧਿਕਾਰੀ ਵੱਲੋਂ ਇੰਨਾ ਕੁ ਹਰਾਸਮੈਂਟ ਕੀਤਾ ਗਿਆ ਕਿ ਉਸ ਕੁੜੀ ਨੇ ਆਪਣੀ ਸਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੁਸੀਂ ਸੋਚੋ ਕਿ ਮਰਨ ਤੋਂ ਬੰਦਾ ਕਿੰਨਾ ਡਰਦਾ ਆ ਪਰ ਉਹ ਕੁੜੀ ਨੂੰ ਕਿੰਨਾ ਉਸ ਬੰਦੇ ਨੇ ਟੋਰਚਰ ਕੀਤਾ ਹੋਊਗਾ ਕਿ ਉਸਨੇ ਆਪਣੀ ਆਤਮ ਹੱਤਿਆ ਕਰ ਲਈ ਸੋ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਦਾ ਚਾਹੇ ਉਹ ਕਿਸੇ ਵੀ ਮਹਿਕਮੇ ਵਿੱਚ ਆ ਜੀਵਨ ਜਿਹੜਾ ਮਿਲਦਾ ਉਹ ਇੱਕ ਵਾਰ ਮਿਲਦਾ ਆ ਸੋ ਜੇ ਵੀ ਤੁਹਾਡੇ ਨਾਲ ਕੋਈ ਵੀ ਇਹ ਅਧਿਕਾਰੀ ਇਸ ਤਰ੍ਹਾਂ ਦੀ ਗੱਲ ਕਰਦਾ ਆ ਜਾਂ ਤੰਗ ਪਰੇਸ਼ਾਨ ਜ਼ਿਆਦਾ ਕਰਦਾ ਆ ਤਾਂ ਮੈਂ ਤੁਹਾਡਾ ਭਰਾ ਆ ਮੇਰਾ ਨੰਬਰ 99 152 47 186 99 152 47 186 ਸੋ ਇਸ ਫੋਨ ਤੇ ਇੱਕ ਵਾਰ ਆਪਣੇ ਭਰਾ ਨੂੰ ਚੇਤੇ ਕਰਨਾ ਸੋ ਸਾਡਾ ਜੇ ਬੱਸ ਚੱਲੇ ਤਾਂ ਅਸੀਂ ਜੋ ਲੁਧਿਆਣੇ ਦੇ ਵਿੱਚ ਜਿਹਨਾਂ ਨੇ ਸ਼ਰਮਨਾਕ ਕਾਂਡ ਕੀਤਾ ਉਹਨਾਂ ਦੀ ਇੱਕ ਲੱਤ ਤਾਂ ਇੱਕ ਬਾਂਹ ਜੇ ਸਾਡਾ ਬੱਸ ਚੱਲੇ ਤਾਂ ਉਹ ਫੜ ਦਿੱਤੀ ਜਾਵੇ ਤਾਂ ਕਿ ਉਹਨਾਂ ਨੂੰ ਜ਼ਿੰਦਗੀ ਵਿੱਚ ਜੀਣ ਦਾ ਪਤਾ ਲੱਗੇ ਵੀ ਕਿਸੇ ਨੂੰ ਕਿਸ ਤਰ੍ਹਾਂ ਤਨਖਾਈਦਾ ਆ ਸੋ ਅਸੀਂ ਇੱਕ ਗੈਂਗਸਟਰ ਕਹਿੰਦੇ ਆ ਉਹਨਾਂ ਨੇ ਵੀ ਕਿਹਾ ਵੀ ਗੋਲੀ ਮਾਰ ਦੇਣੀ ਆ ਪਰ ਗੋਲੀ ਨਹੀਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਇੱਦਾਂ ਦੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿ ਇਹ ਰੋਜ਼ ਦਾ ਮਰਨ ਤੇ ਮਰ ਵੀ ਨਾ ਸਕਣ ਤਾਂ ਜੀਵ ਨਾ ਸਕਣ ਇਹਨਾਂ ਨੂੰ ਇੱਦਾਂ ਦੀ ਉੱਥੇ ਸਜ਼ਾ ਮਿਲੇ ਕਿ ਇਹ ਰੋਜ਼ ਦਾ ਮਰਨ ਔਰ ਮਰਨ ਲਈ ਤੜਪਣ ਪਰ ਇਹਨਾਂ ਨੂੰ ਮੌਤ ਲਈ ਫਾਹਾ ਵੀ ਨਸੀਬ ਨਾ ਹੋਵੇ ਸੋ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਅਸੀਂ ਮਹਿਲਾ ਕਮਿਸ਼ਨ ਜੋ ਘਲਾਟੀ ਦੀ ਚੇਅਰਪਰਸਨ ਆ ਉਹਨਾਂ ਨੂੰ ਵੀ ਮਿਲਿਆ ਜਾਊਗਾ DGP ਸਾਹਿਬ ਨੂੰ ਵੀ ਮਿਲਿਆ ਜਾਊਗਾ ਅੱਗੇ ਵੀ ਮੰਗ ਪੱਤਰ ਦਿੱਤਾ ਹੋਰ ਵੀ ਮੰਗ ਪੱਤਰ ਦਿੱਤਾ ਜਾਊਗਾ ਇਹਦੇ ਸੰਬੰਧ ਵਿੱਚ ਜੋ ਸਾਨੂੰ ਸੰਘਰਸ਼ ਕਰਨਾ ਪਿਆ ਕਾਨੂੰਨ ਦੇ ਲਈ ਉਹ ਕਰਾਂਗੇ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਮੈਂ ਕਹਿੰਦਾ ਕੱਲ੍ਹ ਨੂੰ ਇਹ ਗੱਲ ਚੱਲਣੀ ਆ ਕਿ ਬਾਈ ਇਹ ਮਨੁੱਖੀ ਅਧਿਕਾਰ ਦੇ ਉਲਟ ਆ ਵੀ ਇੰਡੀਆ ਦੇ ਵਿੱਚ ਕਾਨੂੰਨ ਨਹੀਂ ਲੱਗ ਸਕਦਾ ਜੇ ਉਹ ਮਨੁੱਖੀ ਅਧਿਕਾਰਾਂ ਦੇ ਉਲਟ ਆ ਤਾਂ ਜੋ ਕੁੜੀਆਂ ਦੇ ਨਾਲ ਅਣ ਮਨੁੱਖੀ ਅਧਿਕਾਰ ਦੇ ਨਾਲ ਹਰਕਤਾਂ ਹੋ ਰਹੀਆਂ ਉਹ ਜਾਇਜ਼ ਆ ਸੋ ਇਹ ਮੈਂ ਬੇਨਤੀ ਕਰਦਾ ਹਾਂ ਸਰਕਾਰ ਤੋਂ ਵੀ ਜਲਦੀ ਤੋਂ ਜਲਦੀ ਇਹ ਜਿਹੜਾ ਕਾਨੂੰਨ ਸਖ਼ਤ ਬਣਾਇਆ ਜਾਵੇ ਤੇ ਇੱਕ DIG ਸਾਹਿਬ ਖੱਟਣਾ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਸੀ ਜੋ ਇਸ ਵਿੱਚ ਪੁਲਿਸ ਕਰਮੀ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਉਹਨਾਂ ਨੇ ਵੀ ਸਾਡਾ ਮੰਗ ਪੱਤਰ ਤੇ ਗੌਰ ਕਰਕੇ ਉਹਨਾਂ ਪੁਲਿਸ ਕਰਮੀਆਂ ਨੂੰ ਬਰਖਾਸਤ ਕੀਤਾ ਤਾਂ ਉਹਨਾਂ ਦਾ ਵੀ ਸੁਸਾਇਟੀ ਵੱਲੋਂ ਜੋ ਖੱਟਣਾ ਸਾਹਿਬ ਨੇ ਇਹ ਕੀਤਾ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿ ਇਹ ਰੋਜ਼ ਦਾ ਮਰਨ ਤੇ ਮਰ ਵੀ ਨਾ ਸਕਣ ਤਾਂ ਜੀਵ ਨਾ ਸਕਣ ਇਹਨਾਂ ਨੂੰ ਇੱਦਾਂ ਦੀ ਉੱਥੇ ਸਜ਼ਾ ਮਿਲੇ ਕਿ ਇਹ ਰੋਜ਼ ਦਾ ਮਰਨ ਔਰ ਮਰਨ ਲਈ ਤੜਪਣ ਪਰ ਇਹਨਾਂ ਨੂੰ ਮੌਤ ਲਈ ਫਾਹਾ ਵੀ ਨਸੀਬ ਨਾ ਹੋਵੇ ਸੋ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਅਸੀਂ ਮਹਿਲਾ ਕਮਿਸ਼ਨ ਜੋ ਘਲਾਟੀ ਦੀ ਚੇਅਰਪਰਸਨ ਆ ਉਹਨਾਂ ਨੂੰ ਵੀ ਮਿਲਿਆ ਜਾਊਗਾ DGP ਸਾਹਿਬ ਨੂੰ ਵੀ ਮਿਲਿਆ ਜਾਊਗਾ ਅੱਗੇ ਵੀ ਮੰਗ ਪੱਤਰ ਦਿੱਤਾ ਹੋਰ ਵੀ ਮੰਗ ਪੱਤਰ ਦਿੱਤਾ ਜਾਊਗਾ ਇਹਦੇ ਸੰਬੰਧ ਵਿੱਚ ਜੋ ਸਾਨੂੰ ਸੰਘਰਸ਼ ਕਰਨਾ ਪਿਆ ਕਾਨੂੰਨ ਦੇ ਲਈ ਉਹ ਕਰਾਂਗੇ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਮੈਂ ਕਹਿੰਦਾ ਕੱਲ੍ਹ ਨੂੰ ਇਹ ਗੱਲ ਚੱਲਣੀ ਆ ਕਿ ਬਾਈ ਇਹ ਮਨੁੱਖੀ ਅਧਿਕਾਰ ਦੇ ਉਲਟ ਆ ਵੀ ਇੰਡੀਆ ਦੇ ਵਿੱਚ ਕਾਨੂੰਨ ਨਹੀਂ ਲੱਗ ਸਕਦਾ ਜੇ ਉਹ ਮਨੁੱਖੀ ਅਧਿਕਾਰਾਂ ਦੇ ਉਲਟ ਆ ਤਾਂ ਜੋ ਕੁੜੀਆਂ ਦੇ ਨਾਲ ਅਣ ਮਨੁੱਖੀ ਅਧਿਕਾਰ ਦੇ ਨਾਲ ਹਰਕਤਾਂ ਹੋ ਰਹੀਆਂ ਉਹ ਜਾਇਜ਼ ਆ ਸੋ ਇਹ ਮੈਂ ਬੇਨਤੀ ਕਰਦਾ ਹਾਂ ਸਰਕਾਰ ਤੋਂ ਵੀ ਜਲਦੀ ਤੋਂ ਜਲਦੀ ਇਹ ਜਿਹੜਾ ਕਾਨੂੰਨ ਸਖ਼ਤ ਬਣਾਇਆ ਜਾਵੇ ਤੇ ਇੱਕ DIG ਸਾਹਿਬ
ਪਟਨਾ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਸੀ ਜੋ ਇਸ ਵਿੱਚ ਪੁਲਿਸ ਕਰਮੀ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ। ਉਹਨਾਂ ਨੇ ਵੀ ਸਾਡਾ ਮੰਗ ਪੱਤਰ ਤੇ ਗੌਰ ਕਰਕੇ ਉਹਨਾਂ ਪੁਲਿਸ ਕਰਮੀਆਂ ਨੂੰ ਬਰਖਾਸਤ ਕੀਤਾ। ਉਹਨਾਂ ਦਾ ਵੀ ਸੁਸਾਇਟੀ ਵੱਲੋਂ ਜੋ ਪਟਨਾ ਸਾਹਿਬ ਨੇ ਇਹ ਕੀਤਾ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ।